ਅੱਜ ਅਸੀਂ ਚੱਲੇ ਆ ਸਾਇੰਸ ਸਿਟੀ, ਉੱਥੇ ਵੈਲਡਿੰਗ ਦਾ ਕੰਮ, ਉਹ ਮੇਰਾ ਹੈਲਮਟ ਰਹਿ ਗਿਆ ਉੱਥੇ ਵੈਲਡਿੰਗ ਦਾ ਕੰਪੀਟੀਸ਼ਨ। ਆ ਮੇਰਾ ਹੈਲਮਟ, ਵੈਲਡਿੰਗ ਦਾ ਕੰਪੀਟੀਸ਼ਨ, ਮੈਂ ਕੰਪੀਟੀਸ਼ਨ 'ਚ ਭਾਗ ਲੈਣਾ। ਸਾਇੰਸ ਸਿਟੀ, ਸਾਇੰਸ ਸਿਟੀ, ਸਾਇੰਸ ਸਿਟੀ, ਆ ਕਦੇ ਚੱਕੇ ਲੱਡੂ ਨੂੰ ਮੈਂ ਤਾਂ ਨਾਲ ਲੈ ਕੇ ਚੱਲੀ ਹਾਂ, ਕਿਉਂਕਿ ਮੈਂ 2010 'ਚ 2009 'ਚ ਗਈ ਸੀਗੀ ਸਾਇੰਸ ਸਿਟੀ, ਅਤੇ ਮੈਂ ਕਦੀ ਵੀ ਨਹੀਂ ਗਈ, ਇਹ ਕਦੀ ਵੀ ਨਹੀਂ ਗਿਆ। ਮੈਂ ਕਿਹਾ ਚੱਲ ਲੈ ਮੇਰੇ ਨੂੰ ਉੱਥੇ ਡਾਇਨਾਸੌਰ ਬਿਠਾ ਦਾਂਗੇ। ਡਾਇਨਾਸੌਰ ਨਹੀਂ, ਟੀਰੈਕਸ। ਹੈਂ, ਟੀਰੈਕਸ, ਉਹ ਕੀ ਹੁੰਦਾ? ਸੈਂਟਰ। ਡਾਇਨਾਸੌਰ ਸਭ ਤੋਂ ਵੱਡਾ ਜਾਨਵਰ ਸੀ। ਤੈਨੂੰ ਕਿੱਦਾਂ ਪਤਾ ਤੂੰ ਮੁੰਡਾ ਆ? ਹੈ, ਪਤਾ ਨਹੀਂ, ਦੱਸ ਤਾਂ ਸਹੀ, ਕਿਵੇਂ ਲੱਗਦਾ ਤੂੰ ਮੁੰਡਾ ਆ? ਕੀ ਫੀਲ ਹੁੰਦਾ ਵੀ ਤੂੰ ਮੁੰਡਾ ਆ? ਗੁੱਟੀ ਰੱਖੀ ਆ। ਗੁੱਟੀ ਰੱਖੀ ਆ, ਗੁੱਟੀ ਤਾਂ ਕੁੜੀ ਦੇ ਕਰ ਦੋ, ਕਿਹੜਾ ਪਤਾ ਲੱਗਣਾ? ਲੈ, ਗੁੱਟੀ ਵਾਲਾ ਮੁੰਡੇ ਹੁੰਦੇ ਆ, ਗੁੱਟੀ ਤਾਂ ਮੈਂ ਕਿਸੇ ਕੁੜੀ ਦੇ ਕਰ ਦਿੰਦੀ ਆ। ਹੈ, ਦੱਸ, ਮੈਨੂੰ ਨਹੀਂ ਪਤਾ। ਤੁਸੀਂ ਚੀਫ ਗੈਸਟ ਜਾਣਾ? ਠੀਕ ਹੈ, ਸਿੱਧੇ ਜਾਣਾ ਲਓ ਜੀ, ਪਹੁੰਚ ਗਏ ਆਪਾਂ ਸਾਇੰਸ ਸਿਟੀ। ਸਾਇੰਸ ਇੱਥੇ, ਸਾਇੰਸ ਦੇ ਨਾਲ ਰਿਲੇਟਡ ਚੀਜ਼ਾਂ ਜਿੱਦਾਂ ਆਪਣਾ ਕੀ ਕਹਿੰਦੇ ਹਿਸਟਰੀ ਦੀ ਆ, ਭੂਗੋਲ ਦੀ ਆ, ਸੋਸ਼ਲ ਸਟੱਡੀ ਦੀ ਆ, ਆਈ ਮੀਨ ਸਾਰਾ ਕੁਛ ਹੀ ਆ। ਮੁੰਡਿਆਂ ਦਾ ਫਾਹਾ ਵੱਜਦਾ।
ਆਪਣੇ ਆਪ ਹੀ ਵਧੇ, ਜਿਹਦਾ ਇੰਟਰਸਟ ਲੈ ਲਓ ਜਿਹੜੀ ਵੀ ਚੀਜ਼ 'ਚ, ਉਹ ਆਪਣੇ ਆਪ ਆ ਜਾਂਦੀ ਹੈ। ਪ੍ਰਾਇਮਰੀ ਸਮਾਰਟ ਸਕੂਲ 6 ਵਿੱਚ ਤਾਂ ਪ੍ਰਾਇਮਰੀ ਨਿਕਲ ਜਾਂਦਾ 5 ਤੱਕ ਹੁੰਦਾ ਕੁੜੀਆਂ ਦੇ ਲੱਛਣ। ਤੇ ਹੁਣ ਅਸੀਂ ਚੱਲੇ ਹਾਂ ਸਾਇੰਸ ਸਿਟੀ ਦਾ ਗੇੜਾ ਕੱਢਣ। ਜਿੰਨੀ ਦੇਰ ਤੱਕ ਕੰਪੀਟੀਸ਼ਨ ਹੋ ਰਿਹਾ ਵਾ ਉਨੀ ਦੇਰ ਤੱਕ ਅਸੀਂ ਘੁੰਮ ਆਈਏ ਸਾਇੰਸ ਸਿਟੀ। ਅਤੇ ਆ ਰੈਸਟੋਰੈਂਟ ਆ ਇੱਥੇ, ਹੁਣੇ ਅਸੀਂ ਪਕੌੜੇ ਖਾ ਕੇ ਆਏ ਹਾਂ। ਆ ਸਟੂਡੈਂਟ ਮਿਲ ਗਏ ਸਾਨੂੰ ITI ਤੋਂ, ਫਗਵਾੜੇ ਤੋਂ, ਇਹ ਵੀ ਕੰਪੀਟੀਸ਼ਨ 'ਚ ਹਿੱਸਾ ਲੈਣ ਆਏ ਸਾਡੇ ਨਵੇਂ ਸਟੂਡੈਂਟ ਆ। ਉੱਧਰ ਲੋਕਲ ਕਿਹੜਾ ਆਪਣਾ ਪਿੰਡ? ਲੱਡੂ ਲਿਆਂਦਾ ਆਪਣਾ ਚੰਦਰਮਾ ਚੰਦ, ਤੇ ਚੰਦ ਤੋਂ ਪ੍ਰਿਥਵੀ ਏਦਾਂ ਦੀ ਦੱਗੀ ਆ। ਆਪਣੇ ਉੱਥੇ ਗਏ ਹੋਏ ਆ ਨਾ ਜੀ ਲੂਨਰ ਮਾਡੂਲ ਔਰ ਲੂਨਰ ਰੋਬਿਨ ਵੀਕਲ ਉੱਪਰ ਮੂਨ ਦੇ ਉੱਤੇ ਜਿਹੜੇ ਗਏ ਨੇ। ਇਹ ਕੀ ਹੈ ਪੱਥਰ ਉੱਥੇ ਦੀ ਮਿੱਟੀ ਆ? ਮੀਲ ਜਿਹੜੀ ਜਾਂਦੀ ਹੈ ਚੰਦ ਤੇ, ਹੈ ਮੀਲ ਜਾਂਦਾ ਹੈ ਚੰਦ ਦੇ ਜਿਹੜੇ ਖਾਂਦੇ ਆ ਆਪਣੇ ਐਸਟ੍ਰੋਨੌਟ। ਅੱਛਾ, ਸਪੇਸ ਫੂਡ ਪੈਕੇਟ, ਦਾਲਚੀਨੀ ਵਾਲਾ ਸੇਬਾਂ ਦਾ ਮੁਰੱਬਾ, ਚਿਕਨ ਡਿਨਰ, ਵਿਨਰ ਵਿਨਰ ਚਿਕਨ ਡਿਨਰ, ਚਿਕਨ ਡਿਨਰ ਚੰਦ ਤੇ ਵੀ ਹੁੰਦਾ ਆ। ਇਸੇ ਧਰਤੀ ਵੀ ਡੁੱਬਦੀ ਆ, ਮੂਨ ਤੋਂ ਦੇਖੀ ਆ ਆਪਾਂ ਜਿਵੇਂ ਸੂਰਜ ਡੁੱਬਦਾ, ਜਿਵੇਂ ਸੂਰਜ ਡੁੱਬਦਾ ਉਦਾਂ ਇਹ ਧਰਤੀ ਵੀ ਚੜ੍ਹਦੀ ਡੁੱਬਦੀ। ਇਹ ਹੈਗੀ ਆ ਵਰਲਡ ਗੈਲਰੀ, ਨੈਸ਼ਨਲ ਬਰਡ ਆਫ ਇੰਡੀਆ ਮੋਰ। ਸਾਰੇ ਪੰਛੀ ਇੱਥੇ ਉਹ ਜੀ ਜਿਹਨੇ ਮੰਗਲ ਗ੍ਰਹਿ ਦੇਖਣਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਆਹ ਹੈਗਾ ਆਪਣਾ ਮੰਗਲ ਗ੍ਰਹਿ, ਆ ਗਿਆ ਉਹਦੇ ਤੇ ਯਾਨ, ਯਾਨ ਮਾਰਸ ਗਲੋਬ। ਹਾਂ ਇਹ ਕਿੱਦਾਂ ਹੋਇਆ? ਇੱਧਰੋਂ ਵੀ ਆਉਣ ਜਾਊਗਾ, ਚੜ੍ਹਾਈ ਚੜ੍ਹਦਾ ਆ, ਚੜ੍ਹਾ ਦੁਬਾਰਾ ਤੋੜਨਾ ਵੇ। ਲਓ ਜੀ, ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਪਰ ਬਹੁਤ ਵਧੀਆ ਕਹਿੰਦੇ ਹੋਣਗੇ ਇਹਨੂੰ, ਗੁਰੂਤਾ ਵਿਰੋਧੀ ਕੌਣ ਕਹਿੰਦੇ ਆ। ਲਓ ਇਹ ਆਪੋਜ਼ਿਟ ਸਾਈਡ ਵਾਲੂ ਜਾ ਰਿਹਾ ਉਹ ਆਸ਼ਾ ਨਹੀਂ ਆ ਮੈਂ ਆਸ਼ਾ ਤੋਂ ਲੰਬਾ ਹੀ ਹੈ। ਹਾਂਜੀ ਹਾਂਜੀ ਜਿਹੜਾ ਆ ਹੀ ਲੱਗਦਾ ਨਹੀਂ ਜਾ ਰਿਹਾ ਆ ਆਇਆ ਹਰਸ਼ ਜਾ ਉਹ ਹੁੰਜੇ ਲਾ ਮੈਂ ਤਾਂ ਭੁੱਲ ਗਈ ਤੇ ਸਭ ਤੋਂ ਮੋਟਾ ਵੀ ਲੱਭੋ ਆਹ ਦੇ ਲੱਡੂ ਗੰਗਾ ਚਲੋ ਚਲੋ ਮੈਨੂੰ ਮੈਨੂੰ ਲੱਭੋ ਮੈਨੂੰ ਤੁਸੀਂ ਦੇਖ ਲੋ ਚੈੱਕ ਕਰ ਲੋ ਮੇਰੇ ਬਰਾਊਨ ਕਿਹੜੇ ਆ
ਇਹਨਾਂ ਦੋਨਾਂ ਚ ਬਰਾਊਨ ਕਿਹੜੇ ਲੱਗਦੇ? ਬਸ ਵੇ ਆਹੀ ਆ ਨਹੀਂ ਇਹਨਾਂ ਦਾ ਜਿਹੜੇ ਇਹ ਉਹ ਆ ਪਾ ਲੋ ਜਿਹੜਾ ਖਾਸ ਤੌਰ 'ਤੇ ਜਿਹੜੇ ਸਾਡੇ ਵਰਗੇ ਸ਼ਹਿਰ ਹੈ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਪਰ ਜਦੋਂ ਆਪਾਂ ਹੋਰ ਸਟੇਟ ਦੀ ਗੱਲ ਕਰਦੇ ਹਾਂ, ਬੋਂਬੇ ਦੀ ਗੱਲ ਕਰਦੇ ਹਾਂ, ਦਿੱਲੀ ਦੀ ਗੱਲ ਕਰਦੇ ਹਾਂ, ਐਡਵਾਂਸ ਸਟੇਟਸ ਹੈ। ਹੁਣ ਚੰਡੀਗੜ੍ਹ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ ਉੱਥੇ ਕੰਡਕਟਰਸ ਕੁੜੀਆਂ ਲੱਗੀਆਂ ਸੀਗੀਆਂ, ਤਾਂ ਸੈਕਿੰਡ ਆ ਜਾਂਦੇ ਆ। ਔਰ ਇਹ ਮੁਕਾਬਲੇ ਜਿਹੜੇ ਆ ਇਹਨਾਂ ਦਾ ਇੱਕ ਮਕਸਦ ਹੈ ਕਿ ਆਪਾਂ ਹੋਰ ਵਧੀਆ ਕਰੀਏ। ਜਦੋਂ ਆਪਾਂ ਹੋਰ ਵਧੀਆ ਕਰਨ ਦੀ ਸੋਚਦੇ ਹਾਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ, ਮੈਂ ਬਹੁਤ ਬਹੁਤ ਥੈਂਕਫੁਲ ਹਾਂ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਵੈਲਡਿੰਗ ਦੇ ਸਟੂਡੈਂਟਸ ਨੂੰ ਆਪਣਾ ਐਕਸਪੀਰੀਅੰਸ ਆਪਣਾ ਸ਼ੇਅਰ ਕਰਾਂ, ਅਤੇ ਫਿਰ ਤੋਂ ਤੁਹਾਡਾ ਥੈਂਕ ਯੂ। ਥਰਡ ਪ੍ਰਾਈਜ AW06 ਗਵਰਨਮੈਂਟ ਆਈ ਟੀ ਆਈ ਤਲਵੰਡੀ ਚੌਧਰੀਆਂ ਕਪੂਰਥਲਾ, ਟੀਚਰ ਸਾਹਿਬਾਨ ਵੀ ਨਾਲ ਆ ਜਾਣ, ਤਲਵੰਡੀ ਚੌਧਰੀਆਂ ਆਈ ਟੀ ਆਈ। ਤਲਵੰਡੀ ਚੌਧਰੀਆਂ ਨੂੰ ਜਿਹੜਾ ਥਰਡ ਪ੍ਰਾਈਜ ਮਿਲਿਆ ਦਿਖਾ ਰਹੇ ਹੈ। ਪਤਾ ਨਹੀਂ ਹਾਲੇ।
ਹੈਲੋ ਬਣਾਈ ਕੱਢ ਪਾ ਲਈ ਦਾ ਪ੍ਰੋ ਮੈਚ ਲੱਡੂ ਦੇ ਵਿੱਚ ਗਲਤ ਕਹਿੰਦਾ ਕੋਈ ਚੱਲੇ ਆ ਡਾਇਨਾਸੌਰ ਪਾਰਕ ਲੱਡੂ ਇੰਜਨ ਤਾਂ ਨਹੀਂ ਬੈਠਣਾ ਤੂੰ ਨਹੀਂ ਇੰਜਨ ਗਰਮ ਹੋਣਾ ਓਕੇ ਬਹੁਤ ਆਪਾਂ ਅਸੀਂ ਚੱਲੇ ਆ ਡਾਇਨਾਸੌਰ ਪਾਰਕ ਲਈ ਆ ਵਧੀਆ ਤੁਸੀਂ ਕੀਤਾ ਕੰਮ ਸਾਡੇ ਲਈ ਆਈ ਹੈ ਰੇਲ ਗੱਡੀ ਚਾਰ ਅੰਦਰ ਹੋਰ ਮੂਵਿੰਗ ਹੈਗੇ ਆ ਇੱਕ ਹੋਰ ਮੂਵਿੰਗ ਹੈਗਾ ਅੰਦਰ ਇਹ ਸਾਡਾ ਹੈਗਾ ਪਨੋਰਮਾ ਇਹ ਸਾਨੂੰ ਦੱਸਦਾ ਵੀ ਸਾਡੀ ਧਰਤੀ ਕਿੱਦਾਂ ਬਣੀ ਤੇ ਕਿੱਥੇ ਪਹੁੰਚ ਗਈ ਅੱਛਾ ਸਵਾਲ ਕਿੱਦਾਂ ਹੋ ਗਿਆ ਸਾਡੀ ਦੀ ਇਹ ਵੀ ਮੂਵ ਕਰਦੇ ਆ ਇਧਰ ਛੱਡੋ ਰਹਿਮਾਨ ਕੀ ਬੁਰਕਾ ਨੇ ਔਰ ਵਿਕਾਸ ਕੇ ਬਾਰੇ ਮੇਂ ਬਾਤ ਕਰਨੇ ਜਾ ਰਹੇ ਹੈ ਉਸ ਸਮੁੰਦਰ ਦੇ ਵਿੱਚ ਜੀ ਉਹ ਮਤ ਉਹ ਹੈ ਆ ਵੀ ਪਹਿਲਾਂ ਪਹਾੜ ਸੀ ਫਿਰ ਪਾਣੀ ਮੀਨਸ ਕਿੱਦਾਂ ਦੁਨੀਆ ਬਣੀ ਹੈ ਉਹ ਪਹਿਲੋਂ ਪਹਾੜ ਫਿਰ ਜਵਾਲਾਮੁਖੀ ਫਟੇ ਫਿਰ ਸਮੁੰਦਰ ਜੀਵ ਜੰਤੂ ਬਣੇ ਫਿਰ ਜੰਗਲ ਫਿਰ ਡਾਇਨਾਸੌਰ ਫਿਰ ਆਦਿ ਮਾਨਵ ਮੂਵਿੰਗ ਡਾਇਨਾਸੌਰ 68 ਮਿਲੀਅਨ ਸਾਲ ਪਹਿਲਾਂ ਫੂਡ ਕੀ ਸੀ ਪਤਾ ਨਹੀਂ ਕੀ ਲਿਖਿਆ ਅੰਗਰੇਜ਼ੀ ਨਹੀਂ ਆਉਂਦੀ ਹੈ ਕਿਤੇ ਸਾਨੂੰ ਆ ਵੀ ਹੈਗਾ ਹਰਸ਼ ਬਚ ਕੇ ਰਹਿ ਪੂਛ ਮਾਰਦੇ ਆ ਪੂਛ ਨਾ ਡਾਇਨਾਸੌਰ ਦਾ ਪਿੰਜਰ ਹੀ ਕਰਨਾ ਉਹਦੇ ਤਾਂ ਕਿੱਡਾ ਵੱਡਾ ਡਾਇਨਾਸੌਰ ਲੜਾਈ ਹੁੰਦੀ ਆ ਧੁੱਪ ਬਹੁਤ ਜ਼ਿਆਦਾ ਇਸ ਲਈ ਤੁਹਾਨੂੰ ਆਪਾਂ ਸਾਰੀ ਪਾਰਕ ਨਹੀਂ ਦਿਖਾ ਸਕਦੇ ਉਹ ਕਿੱਦਾਂ ਦਾ ਉਹ ਦੇ ਸਭ ਤੋਂ ਵੱਡਾ ਡਾਇਨਾਸੌਰ ਉਹ ਆ ਉਹਦੇ ਉੱਧਰ ਅੱਗੇ ਬਈ ਆਓ ਬੱਚਿਆਂ ਨੂੰ ਲੈ ਕੇ ਸਾਇੰਸ ਸਿਟੀ ਦਿਖਾਓ ਡਾਇਨਾਸੌਰ ਦਿਖਾਓ ਹੁਣ ਚੱਲੇ ਆ ਇਹਨੂੰ ਇਦਾਂ ਲੱਗਦਾ ਪਤਾ ਤੈਨੂੰ ਖਾਣ ਨੂੰ ਨਹੀਂ ਨਾ ਦਿੱਤਾ ਉਹਨਾਂ ਨੇ ਆ ਮੈਨੂੰ ਫੜਾ ਦੇ ਬੜੀ ਆ ਮੈਨੂੰ ਫੜਾ ਦੇ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਅੱਜ ਹਨਾ ਧੁੱਪ ਬਹੁਤ ਜ਼ਿਆਦਾ ਤੇ ਸਾਡੇ ਕੋਲ ਪੂਰੀ ਸਾਇੰਸ ਸਿਟੀ ਦੇਖ ਨਹੀਂ ਹੋਈ ਬਹੁਤ ਵਧੀਆ ਆ
ਬਹੁਤ ਨੌਲੇਜ ਵਾਲੀਆਂ ਗੱਲਾਂ ਚੀਜ਼ਾਂ ਹੈਗੀਆਂ ਇੱਥੇ। ਭੁੱਲ ਗਈ ਸੀ ਮੈਂ ਕੀ ਕਹਿੰਦੀ ਸੀ ਪਤਾ ਨਹੀਂ। ਅਤੇ ਹੁਣ ਅਸੀਂ ਚੱਲੇ ਹਾਂ ਘਰ ਨੂੰ ਅਤੇ ਚੀਫ ਗੈਸਟ ਔਨ ਮਿਸ ਹਰਪਾਲ ਕੌਰ ਮੈਂ ਦਿਖਾਉਂਦੀ ਰਹਾਂ। ਅਤੇ ਆਹ ਵਾਲਾ ਆਪਾਂ ਨੂੰ ਮਿਲਿਆ ਵਾ ਮਿਸ ਹਰਪਾਲ ਕੌਰ ਦਾ ਵੈਲਡਰ ਗਰਲ ਬਰਾਊਨ ਕੁੜੀ ਆਰਕ ਵੈਲਡਿੰਗ ਕੰਪੀਟੀਸ਼ਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ। ਥੈਂਕ ਯੂ ਬਹੁਤ ਬਹੁਤ ਸਾਇੰਸ ਸਿਟੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਉਹਨਾਂ ਦੇ ਆਰਕ ਵੈਲਡਿੰਗ ਦੇ ਕੰਪੀਟੀਸ਼ਨ ਦੇ ਵਿੱਚ ਐਜ਼ ਆ ਗੈਸਟ ਬਣ ਕੇ ਆਵਾਂ। ਹਾਂ ਅਤੇ ਹੁਣ ਚੱਲੇ ਅਸੀਂ ਘਰ ਨੂੰ। ਲੱਲੂ ਆ ਤੂੰ ਲੱਲੂ ਹੋ ਗਿਆ ਬਸ। ਹੁਣ ਚੱਲੇ ਅਸੀਂ ਘਰ ਨੂੰ, ਮਿਲਦੇ ਹਾਂ ਅਗਲੇ ਵਲੋਗ 'ਚ। ਬਾਏ ਬਾਏ। ਮੇਰੇ ਸਾਰੇ ਵਲੋਗ ਇੱਦਾਂ ਵੈਸੇ ਇੱਦਾਂ ਦੇ ਹੁੰਦੇ, ਜਦੋਂ ਕਿਤੇ ਅਸੀਂ ਜਾਣਾ ਉਦੋਂ ਹੀ ਵਲੋਗ ਬਣਦਾ, ਘਰ ਤਾਂ ਬਣਦਾ ਨਹੀਂ। ਹੁਣ ਕੰਮ ਕਰਦੇ ਬੰਦਾ ਕੀ ਵਲੋਗ ਪਾਈ ਜਾਵੇ ਹੈ ਨਾ, ਉਹੀ ਵੈਲਡਿੰਗ, ਉਹੀ ਸੈੱਟ, ਉਹੀ ਲੇਅਰ ਲਾਉਣੀ, ਉਹੀ ਟਾਂਕਾ ਲਾਉਣਾ, ਵਿੱਚ ਪੈਣੀ ਹੁੰਦਾ, ਇਹ ਹਰੇਕ ਜਗ੍ਹਾ ਨਾਲ ਹੀ ਹੁੰਦਾ। ਉਹ ਪਹਿਲਾਂ ਹੀ ਫੋਨ ਕਰ ਦੂਗਾ ਮੈਨੂੰ ਲੈ ਜਾਈ। ਕੀ ਗਿਆ ਤੇ ਚਲੋ ਮਿਲਦੇ ਹਾਂ ਫਿਰ ਅਗਲੇ ਵਲੋਗ 'ਚ।